ਤੁਹਾਡਾ ਵੋਟ ਤੁਹਾਡੀ ਤਾਕਤ ਵੋਟ ਜ਼ਰੂਰ ਕਰੋ ਚੋਣਾਂ ਨਾਲ ਜੁੜੀ ਹਰ ਖਬਰ ਡਾਊਨਲੋਡ ਕਰੋ ਦਾ ਕੈਪ ਸਵਾਗਤ ਹੈ ਪੰਜਾਬ ਤੱਕ ਚ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਇੰਸਟਾਗ੍ਰਾਮ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ ਤੇ ਕੁਝ ਦਿਨਾਂ ਬਾਅਦ 20 ਤਰੀਕ ਨੂੰ ਪੰਜਾਬ ਦੇ ਵਿੱਚ VOTING ਹੋਵੇਗੀ ਤੇ ਇਸ ਵਾਰ ਪੰਜਾਬ ਦੀਆਂ ਚੋਣਾਂ ਬਹੁਤ ਹੀ ਵੱਖਰੇ ਢੰਗ ਨਾਲ ਦਿਖਾਈ ਦੇ ਰਹੀਆਂ ਨੇ ਜੋ ਪਿਛਲੀ ਹਿਸਟਰੀ ਦੇ ਵਿੱਚ ਕਦੀ ਨਹੀਂ ਹੋਇਆ ਇਸ ਵਾਰ ਉਹ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਪੰਜਾਬ ਦੇ ਵੱਡੇ ਸਿਆਸੀ ਚਿਹਰੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਤੇ ਇਸ ਵਾਰ ਆਪਣੀਆਂ ਹੀ ਕੁਰਸੀਆਂ ਬਚਾਉਣ ਦੇ ਲਈ ਉਹਨਾਂ ਦੇ ਪਰਿਵਾਰ ਵੀ ਪੂਰ ਜ਼ੋਰ ਕੋਸ਼ਿਸ਼ਾਂ ਕਰ ਰਹੇ ਨੇ ਜੀ ਹਾਂ ਪੂਰਾ ਪਰਿਵਾਰ ਇੱਕ ਕੁਰਸੀ ਨੂੰ ਬਚਾਉਣ ਦੇ ਲਈ ਪੂਰ ਜ਼ੋਰ ਕੋਸ਼ਿਸ਼ਾਂ ਕਰ ਰਿਹਾ ਜਿਸ ਦੇ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਘਰਤੀਆਂ ਧੀਆਂ ਕਰ ਰਹੀਆਂ ਨੇ ਜੀ ਹਾਂ ਆਪਣੇ ਮਾਪੇਬ ਦੀ ਕੁਰਸੀ ਬਚਾਉਣ ਦੇ ਲਈ ਅਤੇ ਦੁਬਾਰਾ ਹਾਸਲ ਕਰਨ ਦੇ ਲਈ ਉਹ ਇਸ ਵਾਰ ਚੋਣ ਮੈਦਾਨ ਦੇ ਵਿੱਚ ਦਿਖ ਰਹੀਆਂ ਨੇ ਪੰਜਾਬ ਦੇ ਸਿਆਸੀ ਪਰਿਵਾਰ ਦੀਆਂ ਧੀਆ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਭ ਤੋਂ ਹੋਟ ਸੀਟ ਜੋ ਇਸ ਵੇਲੇ ਮੰਨੀ ਜਾ ਰਹੀ ਹੈ ਅੰਮ੍ਰਿਤਸਰ ਤੀ ਜੋ ਈਸਟ ਸੀਟ ਹੈ ਜਿੱਥੇ ਵਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਨੇ ਉਥੇ ਹੀ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਆਪਣੇ ਪਿਤਾ ਦੇ ਲਈ ਪ੍ਰਚਾਰ ਕਰਨ ਫੀਲਡ ਦੇ ਵਿੱਚ ਉਤਰੀ ਹੋਈ ਹੈ ਤੇ ਮਜੀਠੀਆ ਤੇ ਵੱਡੇ ਹਮਲੇ ਵੀ ਕਰ ਰਹੀ ਹੈ ਡਰੱਗਸ ਚੁਪਨ ਜਾਣੇ ਲੋਕਾਂ ਨੇ ਆਪਣੇ ਬੇਟੇ ਤੇ ਬੇਟੀਆਂ ਨੂੰ ਜਾਂ ਬਚਾਣਾ ਹੈ ਐਜੂਕੇਸ਼ਨ ਦੇਣੀ ਹੈ ਜੌਬਸ ਦੇਣੀ ਹੈ ਆਪਣੀ ਬੱਚਿਆਂ ਦੀ ਪਰਵਾਹ ਹੈ ਉਹ ਦੇਖ ਲੋ ਕਿ ਕੀ ਚਾਣੇ ਹੋ ਮਜੀਠਾ ਦਾ ਹਾਲ ਦੇਖ ਲੋ ਕਿਰੀਆਨਾ ਤੇ ਡਰੱਗਸ ਮਿਲਦੀਆਂ ਕਿਰੀਆਨੇ ਤੇ ਡਰੱਗਸ ਉਹ ਵੀ 20 ਰੁਪਏ ਤੱਕ ਦੀ ਟ੍ਰਾਈ ਕਰ ਲੋ ਜਾ ਕੇ ਦੇਖਣ ਲਈ ਜੋ ਚੀਜ਼ ਅਸੀਂ ਰੋਕਣਾ ਚਾ ਰਹੇ ਆ ਉਹ ਕਿਉਂ ਹੋਰ ਕਿੱਥੇ ਕਿਨੇ ਜਾਏ ਇੱਥੇ ਕਿਉਂ ਆ ਰਹੇ ਆ ਇੱਥੇ ਕਿਉਂ ਆ ਰਹੇ ਆ ਦੂਜੇ ਵਾਰ ਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੇਟੀ ਵੀ ਹਰਕਿਰਤ ਕੌਰ ਵੀ ਆਪਣੇ ਪਿਤਾ ਦੀ ਜਿੱਤ ਲਈ ਹਲਕਾ ਜਲਾਲਾਬਾਦ ਤੋਂ ਚੋਣ ਪ੍ਰਚਾਰ ਕਰਨ ਲਈ ਮੈਦਾਨ ਚ ਉਤਰੀ ਹੈ ਤੇ ਵੱਡੇ ਸਿਆਸੀ ਪਰਿਵਾਰਾਂ ਦੀ ਪੁਰਜ਼ੋਰ ਕੋਸ਼ਿਸ਼ ਲੱਗੀ ਹੋਈ ਹੈ ਕਿ ਆਪਣੀ ਸੀਟ ਨੂੰ ਬਚਾਇਆ ਜਾ ਸਕੇ ਕਿਉਂਕਿ ਇਸ ਵਾਰ ਜੋ ਗੱਲਾਂ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਸ ਕਿਸੇ ਦੀ ਵੀ ਸੀਟ ਹਰਦੀ ਹੈ ਤੇ ਉਸ ਦਾ ਸਿਆਸੀ ਕਰੀਅਰ ਸ਼ਾਇਦ ਕਾਤਾ ਮੁ ਹੋ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਗਿੱਦੜ ਬਾਹਤੋਂ ਰਾਜਾ ਵੜਿੰਗ ਦੀ ਧੀ ਵੀ ਘਰ-ਘਰ ਜਾ ਕੇ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰ ਰਹੀ ਹੈ ਤੇ ਆਪਣੇ ਪਿਤਾ ਨੂੰ ਜਿਤਾਉਣ ਲਈ ਪੂਰਾ ਪਰਿਵਾਰ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜਿੰਨਾ ਪਿਛਲੇ 10 ਸਾਲਾਂ ਚ ਸਾਨੂੰ ਗਿੱਦੜਵਾਦੇ ਲੋਕਾਂ ਨੇ ਪਿਆਰ ਦਿੱਤਾ ਹੈ ਪਾਪਾ ਨੂੰ ਜਿੰਨਾ ਪਿਆਰ ਦਿੱਤਾ ਉਸ ਤੋਂ ਇਸ ਵਾਰੀ ਮੈਨੂੰ ਲੱਗਦਾ ਹੈ ਵੱਧ ਕੇ ਹੀ ਦੇਣਗੇ ਤੇ ਇਨਾ ਬਹੁਤ ਵਧੀਆ ਰਿਸਪੌਂਸ ਹੈ ਜਿੰਨਾ ਕੰਮ ਪਾਪਾ ਨੇ ਅੱਜ ਕੀਤਾ ਹੈ 10 ਪਿਛਲੇ 10 ਸਾਲਾਂ ਚ ਜਿਹੜਾ ਅੱਜ ਤੱਕ ਕਦੇ ਵੀ ਨਹੀਂ ਹੋਇਆ ਗਦਰਵਾਚ ਉਹ ਹੁਣ ਕੰਮ ਵਾਪਿਸ ਸਾਨੂੰ ਕੰਮ ਦਾ ਫਲ ਸਾਨੂੰ ਮਿਲ ਰਿਹਾ ਹੈ ਲੋਕਾਂ ਲੋਕੀ ਕੰਮ ਨੂੰ ਵੋਟ ਪਾ ਰਹੇ ਹੈ ਜਿੰਨਾ ਕੰਮ ਹੋਇਆ ਹੈ ਉਹ ਲੋਕੀ ਉਹਨੂੰ ਵੇਖ ਕੇ ਵੋਟ ਪਾ ਰਹੇ ਹੈ ਪਾਪਾ ਨੂੰ ਤਾਂ ਲੋਕੀ ਪਾਈ ਰਹੇ ਨੇ ਪਰ ਕੰਮ ਨੂੰ ਵਧ ਕੇ ਪਾ ਰਹੇ ਨੇ ਤੇ ਇਹਨਾਂ ਸਭ ਦੇ ਚਲਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਬੇਟੀ ਵੀ ਪੰਜਾਬ ਵਿੱਚ ਪਹੁੰਚ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੀ ਅਪੀਲ ਕਰ ਰਹੇ ਨੇ ਤੇ ਚੋਣ ਪ੍ਰਚਾਰ ਕਰਨ ਲਈ ਧੂਰੀ ਤੋਂ ਘਰ ਘਰ ਜਾ ਕੇ ਵੋਟ ਮੰਗ ਰਹੇ ਨੇ देखिए ये सब उनकी पार्टी की बातें ये सब छोटी छोटी बातें असली बातें मुद्दे जो आम आदमी के मुद्दे हैं और लोगों को ना जैसे आप इनसे महिलाओं से बात करेंगे बच्चों से उन लोगों को इन सब से फर्क नहीं पड़ता उनको ये फर्क पड़ता है कि हमारे स्कूल अच्छे होंगे या नहीं उनको फर्क पड़ता है हमारे घर में बिजली आएगी या नहीं महिलाओं को इम्पावरमेंट मिलेगी या नहीं मिलेगी ये असली मुद्दे है और यही एक ही पार्टी है जो आज इस इन मुद्दों को उठा रही है वो है आम आदमी पार्टी और लोग इसलिए ही बदलाव चाहते हैं और इस बार आपने भी यहां पर जोश देखा पूरी जोश से सब मना, मन बनाकर बैठे हैं और वेट कर रहे हैं कब इलेक्शन आएंगे और बदलाव आएगा आप दिल्ली में केवल अपने पापा के लिए नई दिल्ली विधानसभा तक आने का क्या मकसद जैसे कि उन्होंने भी बताया पापा भगवत मान जी को अपना छोटा बेटा छोटा मा, मा, भाई मानते हैं मेरे चाचा लगे और ऊपर से एक ये बदलाव की लहर है तो सबको इससे जुड़ना चाहिए सबको बदलाव ਸੋਇਸਵਰ ਵੱਡੇ ਦਿਗਜਾਂ ਨੂੰ ਜਿਤਾਉਣ ਲਈ ਪੂਰਾ ਪਰਿਵਾਰ ਇੱਕ ਹੋ ਕੇ ਚੋਣ ਮੈਦਾਨ ਵਿੱਚ ਉਤਰ ਚੁੱਕਾ ਹੈ ਘਰ ਦੀਆਂ ਤੀਆਂ ਨੇ ਆਪਣੇ ਪਿਤਾ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਪ੍ਰਣ ਕੀਤਾ ਕਿ ਆਪਣੇ ਪਿਤਾ ਨੂੰ ਜਿਤਾ ਕੇ ਹੀ ਰਹਿਣਗੇ ਤੇ ਇਸ ਵਾਰ ਸਭ ਤੋਂ ਵੱਖਰੀ ਇਹ ਇਲੈਕਸ਼ਨਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਪੰਜਾਬ ਦੀਆਂ ਐਸੀਆਂ ਕੁਝ ਸੀਟਾਂ ਨੇ ਜਿੱਥੇ ਇੱਕ ਵੱਡੇ ਦਿਗਜ ਆਹਮੋ ਸਾਹਮਣੇ ਹੋ ਰਹੇ ਨੇ ਤੇ ਚਰਚਾਵਾਂ ਇਹ ਵੀ ਨੇ ਕਿ ਜਿਹੜਾ ਦਿਗਜ ਇਸ ਚੋਣਾਂ ਦੇ ਵਿੱਚ ਹਾਰਦਾ ਹੈ ਉਸ ਦਾ ਕੈਰੀਅਰ ਖਤਮ ਹੋ ਸਕਦਾ ਹੈ